ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਨਵੇਂ ਸਾਲ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ 2020 ਖਤਮ ਹੋਇਆ ਔਰ 2021 ਦੀ ਸ਼ੁਰੂਆਤ ਹੋਈ ਹੈ ਜਿੱਥੇ ਅਸੀਂ ਨਵੇਂ ਸਾਲ ਦੇ ਆਗਮਨ ਪੁਰਾਂ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕੋ ਦਿੰਦੇ ਹਾਂ ਉੱਥੇ ਭੀਮਾ ਕੁਰੇ گاਉਂ ਦਾ ਜੋ ਬਹੁਤ ਵੱਡਾ ਇਤਿਹਾਸ ਹੈ ਜੋ 500 ਮਹਾਰਾ ਨੇ 28000 ਪੇਸ਼ਵਾ ਬ੍ਰਹਮਣਾਂ ਦੇ ਨਾਲ ਯੰਗ ਲੜੀ ਆਪ ਆਤਮ ਸਰਮਾਨ ਦੀ ਲੜਾਈ ਲੜੀ ਔਰ ਉਹਨਾਂ ਨੂੰ ਸਾਰਿਆਂ ਨੂੰ ਮਾਰ ਗ੍ਰਾਇਆ ਔਰ ਉੱਥੇ ਜਿੱਤ ਹਾਸਲ ਕੀਤੀ ਜਿਹਦਾ ਬਹੁਤ ਵੱਡਾ ਉੱਥੇ ਪੀਮਾ ਕੋਰੇ گاਉਂ ਦਾ ਮিনার ਬਣਿਆ ਹੋਇਆ ਹੈ ਤੋਂ ਸਾਨੂੰ ਸਾਰਿਆਂ ਨੂੰ ਜਰੂਰ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਉੱਥੇ ਹੀ ਮੈਂ ਜੋ ਅੱਜ ਸਾਡਾ ਕਿਸਾਨ ਕਿਰਤੀ ਮਜ਼ਦੂਰ ਦਿੱਲੀ ਦੇ ਵਿੱਚ ਧਰਨੇ ਤੇ ਬੈਠਾ ਹੈ ਤੋਂ ਮੈਂ ਨਵੇਂ ਸਾਲ ਤੇ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਅਰਸ਼ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕਰਦੀ ਹਾਂ ਕਿ ਆਓ ਅੱਜ ਤੁਸੀਂ ਇਹ ਜੋ ਗਰੀਬ ਮਜ਼ਦੂਰ ਕਿਰਤੀ ਕਿਸਾਨ ਦਿੱਲੀ ਦੇ ਵਿੱਚ ਨੀਂ ਠੰਡ ਵਿੱਚ ਬੈਠੇ ਹਨ ਤੁਸੀਂ ਉਹਨਾਂ ਦਾ ਜੋ ਆਪਣਾ ਤਿੰਨ ਆਰਡਨੈਂਸ ਪਾਸ ਕੀਤੇ ਹਨ ਜਿਹੜੇ ਕਿਸਾਨਾਂ ਨੂੰ ਨਹੀਂ ਪਸੰਦ ਹਨ ਉਹਨਾਂ ਦੇ ਹੱਕ ਵਿੱਚ ਨਹੀਂ ਹਨ ਤੇ ਉਹਨਾਂ ਨੂੰ ਰੱਦ ਕਰਕੇ ਤੇ ਇੱਕ ਨਵੇਂ ਸਾਲ ਤੇ ਉਹਨਾਂ ਨੂੰ ਤੋਹਫਾ ਦਿਓ ਤਾਂ ਜੋ ਉਹ ਲੋਕ ਸਾਰੇ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣਾ ਖੁਸ਼ੀਆਂ ਮਨਾਉਣ ਆਪਣਾ ਨਵਾਂ ਸਾਲ ਸੈਲਿਬ੍ਰੇਟ ਕਰਨ ਤੋਂ ਮੈਂ ਦੁਬਾਰਾ ਫੈਨ ਅੰਬੀਰ ਕਰ ਟੀਵੀ ਦੀ ਟੀਮ ਦੇ ਔਰ ਉਹਨਾਂ ਚੈਨਲ ਦੇ ਮਾਧਿਅਮ ਤੋਂ ਸਾਰੇ ਹੀ ਸੰਸਾਰ ਭਰ ਦੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿਵਸ ਦੀਆਂ ਮੁਬਾਰਕਵਾਦ ਔਰ ਉੱਥੇ ਹੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਅਪੀਲ ਦੇ ਰਹੀ ਮੰਗ ਕਰਦੀ ਹਾਂ ਕਿ ਜੋ ਕਿਸਾਨ ਕਿਰਤੀ ਮਜ਼ਦੂਰ ਦਿੱਲੀ ਧਰਨੇ ਤੇ ਬੈਠੇ ਹਨ ਉਹਨਾਂ ਦੇ ਤਿੰਨੋਂ ਆਰਡੀਨੈਂਸ ਕੈਨਸਲ ਕਰਕੇ ਉਹਨਾਂ ਦਾ ਜੋ ਹੱਕ ਦਾ ਕਾਨੂੰਨ ਪਹਿਲਾਂ ਬਣਿਆ ਹੋਇਆ ਹੈ ਉਹਨੂੰ ਐਜ਼ ਇਟ ਇਜ਼ ਰੱਖ ਕੇ ਔਰ ਉਹਨਾਂ ਤੇ ਇੱਕ ਉਹ ਵੀ ਆਪਣੇ ਘਰਾਂ ਚ ਜਾ ਕੇ ਨਵਾਂ ਸਾਲ ਮਨਾਉਣ ਸਾਰਿਆਂ ਨੂੰ ਜੈ ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਪਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ